ਉਹਨਾਂ ਨੇ ਦਿਨ ਦਿਹਾੜੇ ਤੋੜਿਆ ਜਿੰਦਾ, ਫਿਰ ਕੀਤੀ ਦੁਕਾਨ 'ਚ ਚੋਰੀ, ਕੱਢ ਕੇ ਲੈ ਗਏ ਸਾਰੀ ਨਕਦੀ। ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਕੈਦ। ਦੱਸ ਦਈਏ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਚੋਰਾਂ ਨੇ ਸ਼ੀਸ਼ੇ ਵਾਲੇ ਗੇਟ ਦਾ ਜਿੰਦਾ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ, ਜਿੱਥੇ ਦੁਪਹਿਰ ਦੇ ਸਮੇਂ ਚੋਰਾਂ ਨੇ ਵੱਡੀ ਵਾਰਦਾਤ ਕੀਤੀ ਹੈ। ਇਸ ਸੰਬੰਧੀ ਦੁਕਾਨ ਮਾਲਕ ਨੇ ਦੱਸਿਆ ਕਿ ਉਹ ਸ਼ੀਸ਼ੇ ਵਾਲੇ ਗੇਟ 'ਤੇ ਲੌਕ ਲਗਾ ਕੇ ਕਿਸੇ ਪਾਸੇ ਚਲਾ ਗਿਆ ਅਤੇ ਇਸਦੇ ਜਾਣ ਤੋਂ ਤਕਰੀਬਨ 20-25 ਮਿੰਟ ਬਾਅਦ ਇੱਕ ਅਣਪਛਾਤਾ ਮੋਟਰਸਾਈਕਲ ਉੱਤੇ ਚੋਰ ਆਉਂਦਾ, ਜਿਸਦੇ ਮੂੰਹ 'ਤੇ ਰੁਮਾਲ ਬੰਨਿਆ ਹੁੰਦਾ ਅਤੇ ਪੇਚਕਸ ਦੀ ਮਦਦ ਦੇ ਨਾਲ ਉਹ ਸ਼ੀਸ਼ੇ ਵਾਲੇ ਗੇਟ ਦਾ ਜਿੰਦਾ ਤੋੜ ਦਿੰਦਾ ਹੈ ਅਤੇ ਅੰਦਰ ਗੱਲੇ ਦੇ ਵਿੱਚੋਂ 60,000 ਰੁਪਏ ਦੀ ਨਕਦੀ ਕੱਢ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਉਧਰੀ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ ਨੇ ਕਿਹਾ ਕਿ ਸ਼ਹਿਰ ਸੰਗਰੂਰ 'ਚ ਲੁਟੇਰਿਆਂ ਨੇ ਨੱਕ 'ਚ ਦਮ ਕਰ ਰੱਖਿਆ ਅਤੇ ਦਿਨ ਦਿਹਾੜੇ ਦੁਕਾਨਾਂ 'ਚ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ, ਜਿਸ ਨੇ ਕਾਫੀ ਚਿੰਤਾ ਵਧਾ ਰੱਖੀ ਹੈ। ਉਹਨਾਂ ਇਹ ਵੀ ਕਿਹਾ ਕਿ ਸੰਗਰੂਰ ਦੇ ਵਿੱਚ ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਵੀ ਘੁੰਮਦੇ ਨਜ਼ਰ ਆਉਂਦੇ ਨੇ, ਇਹਨਾਂ ਉੱਤੇ ਪੁਲਿਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਅਤੇ ਉਹਨਾਂ ਕਿਹਾ ਕਿ ਇਸ ਸੰਬੰਧੀ ਸੂਚਨਾ ਜਦ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਦੀ ਟੀਮ ਬੜੀ ਮੁਸ਼ਤੈਦੀ ਦੇ ਨਾਲ ਆਉਂਦੀ ਹੈ ਅਤੇ ਤੁਰੰਤ ਭਾਲ ਸ਼ੁਰੂ ਕਰ ਦਿੰਦੀ ਹੈ। ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ। ਲੰਚ ਕਰਨ ਗਿਆ ਸੀਗਾ ਤੇ ਉਸ ਤੋਂ ਬਾਅਦ 10-15 ਮਿੰਟ ਦੇ ਦਰਮਿਆਨ ਇੱਕ ਅਣਪਛਾਤਾ ਬੰਦਾ ਜਿਹੜਾ ਸਾਡੀ ਦੁਕਾਨ ਤੇ ਆ ਕੇ ਪੇਚਕਸ ਦੇ ਨਾਲ ਤਾਲਾ ਤੋੜ ਕੇ, ਸ਼ੀਸ਼ੇ ਵਾਲਾ ਤਾਲਾ ਤੋੜ ਕੇ ਅੰਦਰੋਂ ਆ ਕੇ ਕੈਸ਼ ਦੀ ਚੋਰੀ ਕਰ ਗਏ। ਤਕਰੀਬਨ ਇਹ ਕੈਸ਼ 60,000 ਦੇ ਕਰੀਬ ਸੀ। ਸੀਸੀਟੀਵੀ ਸਾਡੇ ਕੈਮਰੇ ਲੱਗੇ ਹੋਏ ਨੇ ਸਾਰੇ, ਮਤਲਬ ਤਕਰੀਬਨ 2-3 ਕੈਮਰੇ ਦੇ ਵਿੱਚ ਉਹਦੀ ਆ ਰਹੀ ਹੈ ਤਸਵੀਰ, ਫੋਟੋ ਪੂਰੀ। ਪਰ ਮੂੰਹ ਦੇ ਉੱਤੇ ਰੁਮਾਲ ਵਗੈਰਾ ਪਾਲੇ ਹੋਣ ਕਰਕੇ ਉਹਦੀ ਫੋਟੋ ਨਹੀਂ ਆ ਰਹੀ ਕਲੀਅਰ। ਦੇਖੋ ਜੀ, ਪ੍ਰਸ਼ਾਸਨ ਨੂੰ ਚਾਹੀਦਾ ਜੀ ਇਸ ਚੀਜ਼ ਨੂੰ ਗੌਰ ਕਰਨਾ ਚਾਹੀਦਾ। ਵਪਾਰੀ ਬੰਦਾ ਤਾਂ ਸੇਫ ਹੀ ਨਹੀਂ ਹੈਗਾ ਜੀ। ਦੇਖੋ ਦਿਨ ਦਿਹਾੜੇ ਇਹ ਕੰਮ ਹੋ ਰਿਹਾ, ਫਿਰ ਤਾਂ ਅਸੀਂ ਬਿਲਕੁਲ ਸੇਫ ਨਹੀਂ ਹੈ ਜੀ। ਅਸੀਂ ਤਾਂ ਕੰਮ ਵੀ ਨਹੀਂ ਕਰ ਸਕਦੇ। ਮਤਲਬ ਪ੍ਰਸ਼ਾਸਨ ਨੂੰ ਚਾਹੀਦਾ ਕਿ ਆਪਣਾ ਪੂਰੀ ਗੌਰ ਰੱਖੇ। ਪ੍ਰਸ਼ਾਸਨ ਤੋਂ ਹੀ ਮੰਗ ਹੈ ਆਪਣੀ ਵੀ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਸਹੀ ਕੀਤਾ ਜਾਵੇ। ਅਸ਼ੋਕ ਗੋਇਲ, ਪ੍ਰਧਾਨ ਕਰਿਆਨਾ ਐਸੋਸੀਏਸ਼ਨ ਸੰਗਰੂਰ। ਗੋਇਲ ਸਾਹਿਬ, ਕਿਸ ਤਰ੍ਹਾਂ ਵੇਖਦੇ ਹੋ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਦਿਨ ਦਿਹਾੜੇ ਅਜਿਹੀ ਘਟਨਾ ਨੂੰ ਅੰਜਾਮ ਦੇਣਾ? ਬੇਖੌਫ ਲੁਟੇਰੇ ਸ਼ਹਿਰ ਦੇ ਵਿੱਚ ਘੁੰਮ ਰਹੇ ਨੇ। ਪ੍ਰਸ਼ਾਸਨ ਬੇਸ਼ੱਕ ਉਹਨਾਂ ਨੂੰ ਪਕੜਨ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ, ਪਰ ਲੁਟੇਰਿਆਂ ਦੀ ਫਿਰ ਵੀ ਹੱਦ ਬਹੁਤ ਜ਼ਿਆਦਾ ਵਧੀ ਹੋਈ ਹੈ। ਅੱਜ ਦਿਨ ਦਿਹਾੜੇ 2:30 ਦੇ ਕਰੀਬ, 2:15 ਵਜੇ ਤਕਰੀਬਨ, ਓਮ ਪ੍ਰਕਾਸ਼ ਰਕੇਸ਼ ਕੁਮਾਰ ਦੀ ਦੁਕਾਨ ਤੋਂ ਮਾਲਕ ਆਪਣਾ ਘਰ ਲੰਚ ਕਰਨ ਵਾਸਤੇ ਗਏ ਨੇ। ਅਰੇ ਉਸ ਤੋਂ 10-15 ਮਿੰਟ ਬਾਅਦ ਹੀ ਦੁਕਾਨ ਦੇ ਉੱਪਰ ਮੂੰਹ ਲਪੇਟ ਕੇ ਇੱਕ ਬੰਦਾ ਸ਼ੀਸ਼ੇ ਵਾਲਾ ਗੇਟ ਤੋੜ ਕੇ ਅੰਦਰ ਵੜ ਕੇ 60,000 ਰੁਪਈਆ ਲੈ ਕੇ ਰਫੂ ਚੱਕਰ ਹੋਇਆ, ਜਿਹਦੇ ਮੋਟਰਸਾਈਕਲ 'ਤੇ ਕੋਈ ਨੰਬਰ ਨਹੀਂ ਹੈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹੋ ਜਿਹੇ ਲੁਟੇਰਿਆਂ ਨੂੰ ਫੜ ਕੇ ਸ਼ਹਿਰ ਦੇ ਵਿੱਚ ਚੰਗੀ ਤੋਂ ਚੰਗੀ ਸਜ਼ਾ ਮਿਲੇ, ਔਰ ਜਿਹੜੇ ਮੋਟਰਸਾਈਕਲਾਂ ਦੇ ਨੰਬਰ ਨਹੀਂ ਹੈ ਇਹਨਾਂ ਨੂੰ ਮੋਟਰਸਾਈਕਲਾਂ ਨੂੰ ਫੜ ਕੇ ਇਹਨਾਂ ਨੂੰ ਬੰਦ ਕਰ ਦਿਓ, ਸੀਲ ਕੀਤਾ ਜਾਣ, ਤਾਂ ਜੋ ਇਹੋ ਜਿਹੇ ਲੁਟੇਰੇ ਇਹੋ ਜਿਹੀ ਵਾਰਦਾਤ ਕਰਨ ਦੇ ਵਿੱਚ ਕਾਮਯਾਬ ਨਾ ਹੋ ਸਕਣ।
ਪੁਲਿਸ ਪ੍ਰਸ਼ਾਸਨ ਆਇਆ, ਮੁਸਤੈਦੀ ਨਾਲ ਆਪਣੇ ਕੰਮ ਦੇ ਉੱਪਰ ਜੁਟਿਆ ਹੋਇਆ। ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਅਮਰੀਕ ਸਿੰਘ ਜੀ ਦਾ, ਜਿਨ੍ਹਾਂ ਨੇ ਮੌਕੇ 'ਤੇ ਆ ਕੇ ਜਦੋਂ ਉਹਨਾਂ ਨੂੰ ਰਿਪੋਰਟ ਕੀਤੀ ਹੈ ਆ ਕੇ ਚੈਕਿੰਗ ਕੀਤੀ ਹੈ। ਔਰ ਮੈਂ ਹੁਣ ਤੱਕ ਦੇਖ ਰਿਹਾ ਹਾਂ ਵੀ ਉਹਨਾਂ ਨੇ 3-4 ਥਾਵਾਂ 'ਤੇ ਮੇਰੇ ਸਾਹਮਣੇ ਕੈਮਰਿਆਂ ਨੂੰ ਖੰਗਾਲੀ ਕਰ ਰਹੇ ਨੇ। ਹੋ ਸਕਦਾ ਵੀ ਲੁਟੇਰਾ ਛੇਤੀ ਤੋਂ ਛੇਤੀ ਪਕੜਿਆ ਜਾਵੇਗਾ।